ਜਿੱਥੇ ਪੂਰੇ ਦੇਸ਼ ਦੇ ਵਿੱਚ ਅੱਜ 26 ਜਨਵਰੀ ਗਣਤੰਤਰ ਦਿਵਸ ਮਨਾਇਆ ਜਾ ਰਿਹਾ, ਥਾਂ ਥਾਂ ਤੇ ਤਿਰੰਗਾ ਝੰਡਾ ਲਹਿਰਾਇਆ ਜਾ ਰਿਹਾ, ਉੱਥੇ ਹੀ ਅੱਜ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਕਹਿ ਦਈਏ ਕਿ ਟਰੈਕਟਰ ਮਾਰਚ ਕੱਢੇ ਜਾ ਰਹੇ ਨੇ, ਕਿਸਾਨੀ ਝੰਡੇ ਲਾ ਕੇ, ਹਰੇ ਝੰਡੇ ਲਾ ਕੇ ਟਰੈਕਟਰਾਂ ਦੇ ਉੱਪਰ ਕਿਸਾਨੀ ਟਰੈਕਟਰ ਮਾਰਚ ਕੱਢੇ ਜਾ ਰਹੇ ਨੇ। ਤੇ ਉੱਥੇ ਹੀ ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਤੇ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਾਉਣਾ ਚਾਹੁੰਦੇ ਹਾਂ ਕਿ ਜਦੋਂ ਅਸੀਂ ਕਿਸਾਨੀ ਅੰਦੋਲਨ ਕੀਤਾ ਸੀ ਤਾਂ ਉਸ ਵਕਤ ਜੋ ਕੇਂਦਰ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਤਾਂ ਉਹਨਾਂ ਵਾਅਦਿਆਂ ਤੋਂ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਆ। ਕੇਂਦਰ ਸਰਕਾਰ ਵਾਅਦੇ ਕਰਕੇ ਮੁੱਕਰ ਗਈ। ਉਹਨਾਂ ਦਾ ਕਹਿਣਾ ਕਿ ਸਾਡੇ ਨਾਲ ਵਾਅਦੇ ਹੋਏ ਸੀ ਕਿ ਸਾਰੇ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇਗਾ, ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇਗਾ ਤੇ ਇਸੇ ਦੇ ਨਾਲ ਹਰ ਫਸਲ ਤੇ MSP ਵੀ ਦਿੱਤੀ ਜਾਵੇਗੀ। ਤੇ ਉਹਨਾਂ ਦਾ ਕਹਿਣਾ ਕਿ ਹਲੇ ਤੱਕ ਕਿਸੇ ਵੀ ਹੋਰ ਫਸਲ ਤੇ MSP ਨਹੀਂ ਦਿੱਤੀ ਗਈ, ਇਸੇ ਨਾਲ ਹੀ ਕਿਸੇ ਵੀ ਕਿਸਾਨ ਦਾ ਕਰਜ਼ਾ ਮੁਆਫ਼ ਵੀ ਨਹੀਂ ਕੀਤਾ ਗਿਆ। ਉੱਥੇ ਉਹਨਾਂ ਦਾ ਕਹਿਣਾ ਕਿ ਜਿੱਥੇ ਵੱਡੇ ਲੀਡਰਾਂ ਨੂੰ ਕਿਸਾਨਾਂ ਦੇ ਜਾਂ ਖੇਤ ਮਜ਼ਦੂਰਾਂ ਦੇ ਫਾਇਦੇ ਦੀ ਰਾਜਨੀਤੀ ਕਰਨੀ ਆ, ਉੱਥੇ ਉਹਨਾਂ ਦਾ ਕਹਿਣਾ ਕਿ ਜਿੱਥੇ ਵੱਡੇ ਲੀਡਰਾਂ ਨੂੰ ਕੇਂਦਰ ਸਰਕਾਰ ਦੇ ਲੀਡਰਾਂ ਨੂੰ ਕਿਸਾਨਾਂ ਦੇ ਜਾਂ ਖੇਤ ਮਜ਼ਦੂਰਾਂ ਦੇ ਫਾਇਦੇ ਦੀ ਰਾਜਨੀਤੀ ਕਰਨੀ ਚਾਹੀਦੀ ਆ ਤਾਂ ਧਰਮ ਦੀ ਰਾਜਨੀਤੀ ਕੀਤੀ ਜਾ ਰਹੀ। ਉਹਨਾਂ ਦਾ ਕਹਿਣਾ ਕਿ ਜਿਹੜੇ ਵੱਡੇ ਆਗੂ ਭਾਵੇਂ ਰਾਮ ਮੰਦਿਰ ਹੋਵੇ ਜਾਂ ਬਾਬਰੀ ਮਸਜਿਦ ਹੋਵੇ ਉਸ ਬਾਰੇ ਬਿਆਨ ਦੇ ਰਹੇ ਨੇ ਤਾਂ ਉਹਨਾਂ ਨੂੰ ਇਹ ਰਾਜਨੀਤੀ ਛੱਡ ਕੇ ਅਸਲ ਮਸਲਿਆਂ ਨੂੰ ਹੱਲ ਕਰਨ ਦੀ ਰਾਜਨੀਤੀ ਕਰਨੀ ਚਾਹੀਦੀ ਹੈ। ਜਿਹੜਾ 26 ਜਨਵਰੀ ਨੂੰ SKM ਦਾ ਫੈਸਲਾ ਸੀ, ਜਿਸ ਅਸੀਂ 32 ਜਥੇਬੰਦੀਆਂ ਇਕੱਠੀਆਂ ਹੋ ਕੇ ਇਹ ਫੈਸਲਾ ਲਿਆ ਸੀ ਵੀ ਸਾਰੇ ਦੇਸ਼ ਦੇ ਵਿੱਚ 500 ਜਗ੍ਹਾ 'ਤੇ ਟਰੈਕਟਰ ਮਾਰਚ ਅੱਜ ਕੀਤਾ ਜਾਊ ਅਤੇ ਪੰਜਾਬ ਦੇ ਵਿੱਚ 100 ਜਗ੍ਹਾ 'ਤੇ ਤਹਿਸੀਲਾਂ ਅਤੇ ਜ਼ਿਲ੍ਹਿਆਂ ਦੇ ਵਿੱਚ ਇਹ ਟਰੈਕਟਰ ਮਾਰਚ ਅਸੀਂ ਕਰ ਰਹੇ ਹਾਂ, ਕਿਉਂਕਿ ਅਸੀਂ ਸਰਕਾਰ ਨਾਲ ਫੈਸਲਾ ਕਰਕੇ ਆਏ ਸੀ, 3 ਕਾਲੇ ਕਾਨੂੰਨ ਵਾਪਸ ਕਰਵਾ ਕੇ ਆਏ ਸੀ, ਉਹਦੇ 'ਚ ਸਾਡੀ MSP ਦੀ ਮੰਗ ਅਧੂਰੀ ਰਹਿ ਗਈ ਸੀ, ਜਿਹੜੀ ਸਰਕਾਰ ਨੇ ਇੰਨਾ ਸਮੇਂ 'ਚ ਸਾਡੀ ਉਹ ਪੂਰੀ ਨਹੀਂ ਕੀਤੀ, ਨਾ ਉਹਦੇ ਵੱਲ ਤਵੱਜੋ ਦਿੱਤੀ ਆ। ਉਸ ਤੋਂ ਬਾਅਦ ਜਿਹੜੀ ਆ ਸਾਡੀ ਕਰਜ਼ਾ ਮਾਫ਼ੀ ਦੀ ਯੋਜਨਾ ਸੀ, ਕਿਉਂਕਿ ਕਰਜ਼ਾ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਿਸਾਨਾਂ 'ਤੇ ਚੜ੍ਹਿਆ, ਅਸੀਂ ਕਿਹਾ ਸਾਡੇ ਨਾਲ ਬੈਠ ਕੇ ਹਿਸਾਬ ਕਰ ਲਵੋ, ਸਾਡੇ ਪੈਸੇ ਨਿਕਲ ਆਉਣਗੇ, ਸਾਰਾ ਕਰਜ਼ਾ ਮਾਫ਼ੀ ਦੀ ਗੱਲ ਆ। ਫਿਰ ਸਰਕਾਰ ਨੇ ਕਿਹਾ ਸੀ ਵੀ 2024 'ਚ ਆਮਦਨ ਦੁੱਗਣੀ ਕਰ ਦੇਵਾਂਗੇ, ਨਾ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਆ ਅਤੇ ਨਾ ਹੀ ਸਾਨੂੰ C2+50% ਦੇ ਹਿਸਾਬ ਨਾਲ ਸਵਾਮੀਨਾਥਨ ਦੇ ਮੁਤਾਬਕ ਸਾਨੂੰ ਭਾਅ ਮਿਲੇ ਨੇ। ਉਹਦੇ ਰੋਸ ਵਜੋਂ ਸਰਕਾਰ ਨੂੰ ਜਗਾਉਣ ਲਈ, ਕਿਉਂਕਿ ਸਰਕਾਰ ਦਾ ਵੀ ਸਮਾਂ ਪੂਰਾ ਹੋ ਗਿਆ, ਸਰਕਾਰ ਵੱਡੇ ਵੱਡੇ ਜੁਮਲੇ ਕਰਦੀ ਆ, ਭਾਵੇਂ ਪੰਜਾਬ ਸਰਕਾਰ ਆ ਭਾਵੇਂ ਸੈਂਟਰ ਸਰਕਾਰ ਆ, ਇਹ ਵਾਅਦੇ ਕਰ ਲੈਂਦੀ ਆ ਪਰ ਵਾਅਦੇ ਨਿਭਾਉਂਦੀ ਨਹੀਂ। ਉਹਨਾਂ ਨੂੰ ਜਗਾਉਣ ਲਈ ਕਈ ਵਾਰ ਸਰਕਾਰਾਂ ਨੂੰ ਵੀ ਇਹ ਭੁਲੇਖਾ ਪੈ ਗਿਆ ਸੀ ਵੀ ਇਹਨਾਂ ਕੋਲ ਬੰਦੇ ਨਹੀਂ, ਅੱਜ ਅਸੀਂ ਇਹ ਵੀ ਦਿਖਾਉਣ ਲੈ ਕੇ ਆਏ ਹਾਂ ਵੀ ਉਵੇਂ ਹੀ ਟਰੈਕਟਰ ਜਿਵੇਂ ਅੱਗੇ ਸਾਡੇ ਕੋਲ ਅੰਦੋਲਨ ਵੇਲੇ ਗਏ ਸੀ ਉਵੇਂ ਹੀ ਟਰੈਕਟਰ, ਅੱਜ ਤੁਸੀਂ ਸਮਰਾਲੇ 'ਚ ਹਜ਼ਾਰਾਂ ਟਰੈਕਟਰ ਦੇਖ ਲਓਗੇ, ਸਾਰੀਆਂ ਜਥੇਬੰਦੀਆਂ ਨੇ ਉਵੇਂ ਹੀ ਸਾਰੇ ਜ਼ਿਲ੍ਹਿਆਂ ਤਹਿਸੀਲਾਂ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਇਹ ਟਰੈਕਟਰ ਮਾਰਚ ਕਰਕੇ ਸਰਕਾਰ ਨੂੰ ਜਗਾਉਣ ਲੱਗਿਆਂ ਵੀ ਫੌਰੀ ਤੌਰ 'ਤੇ ਸਾਡੀਆਂ ਮੰਗਾਂ 'ਤੇ ਗੌਰ ਕਰੋ, ਨਹੀਂ ਆਉਣ ਵਾਲੇ ਦਿਨਾਂ 'ਚ ਅਸੀਂ ਇੱਕ ਵੱਡਾ ਸੰਘਰਸ਼ ਵਿੱਢ ਦੇਵਾਂਗੇ ਅਤੇ 16 ਫਰਵਰੀ ਨੂੰ ਅਸੀਂ ਜਿਹੜਾ ਦੇਸ਼ ਬੰਦ ਦਾ ਵੀ ਉਹ ਸੱਦਾ ਦਿੱਤਾ ਹੋਇਆ SKM ਨੇ ਉਹਦੇ 'ਤੇ ਵੀ ਫੁੱਲ ਚੜ੍ਹਾਵਾਂਗੇ ਅਤੇ 28 ਤਰੀਕ ਨੂੰ ਅਸੀਂ ਲੁਧਿਆਣੇ ਦੇ ਵਿੱਚ SKM ਦੀ ਜਿਹੜੀ ਆ ਮੀਟਿੰਗ ਸੱਦ ਲਈ ਗਈ। ਗਣਤੰਤਰ ਦਿਵਸ ਹੈ, ਜਦੋਂ 26 ਜਨਵਰੀ 1950 ਨੂੰ 50 ਨੂੰ ਪਹਿਲੀ ਵਾਰੀ ਇਹ ਗਣਤੰਤਰ ਲਾਗੂ ਹੋਇਆ, ਸੰਵਿਧਾਨ ਦੇਸ਼ ਦਾ ਲਾਗੂ ਹੋਇਆ ਤਾਂ 2 ਸਾਲ ਲਗਾਤਾਰ ਕਿਸਾਨਾਂ ਨੂੰ ਤਰਜੀਹ ਦਿੱਤੀ ਗਈ। ਉਹ ਤੋਂ ਬਾਅਦ ਸਰਕਾਰਾਂ ਨੇ ਕਿਸਾਨ ਨੂੰ ਭੁਲਾ ਦਿੱਤਾ ਔਰ ਉਹਨਾਂ ਨੇ ਡਿਫੈਂਸ ਨੂੰ ਅੱਗੇ ਲੈ ਆਉਂਦਾ, ਆਪਣੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ। ਇਸ ਦੇਸ਼ ਦਾ ਸਭ ਤੋਂ ਵੱਡਾ ਵਰਗ ਜੇ ਹੈ ਤਾਂ ਕਿਸਾਨ ਔਰ ਇੱਥੇ ਦਾ ਖੇਤ ਮਜ਼ਦੂਰ ਹੈ ਅਤੇ ਇਹਨੂੰ ਇਗਨੋਰ ਕਰਕੇ ਗਰੀਬੀ ਵੱਲ ਧੱਕਿਆ ਗਿਆ। ਸਾਰੀਆਂ ਪੋਲਿਸੀਜ਼ ਜਿਹੜੀਆਂ ਕਾਰਪੋਰੇਟ ਹਾਊਸਿਸ ਦੇ ਹੱਕ 'ਚ ਘੜੀਆਂ ਗਈਆਂ, ਅੱਜ ਸਾਰੀ ਦੁਨੀਆ ਦੇ ਵਿੱਚ ਕਾਰਪੋਰੇਟ ਹਾਊਸਿਸ ਦਾ ਵਿਰੋਧ ਹੋ ਰਿਹਾ। ਫਰਾਂਸ ਵਿੱਚ ਐਜੀਟੇਸ਼ਨ ਹੈ, ਜਰਮਨੀ 'ਚ ਐਜੀਟੇਸ਼ਨ ਹੈ, ਹਾਲੈਂਡ 'ਚ ਐਜੀਟੇਸ਼ਨ ਹੈ, ਪੋਲੈਂਡ 'ਚ ਐਜੀਟੇਸ਼ਨ ਹੈ, ਸਾਰੀ ਦੁਨੀਆ 'ਚ ਕਾਰਪੋਰੇਟਸ ਦਾ ਵਿਰੋਧ ਹੋ ਰਿਹਾ। ਇਹ ਕਾਰਪੋਰੇਟਾਈਜੇਸ਼ਨ ਦੀ ਵਜ੍ਹਾ ਕਰਕੇ ਸਾਰੀ ਜਿਹੜਾ ਕਿਸਾਨੀ ਨੂੰ ਪਿੱਛੇ ਧੱਕਿਆ ਗਿਆ, ਇਹਦੇ ਵਿਰੋਧ 'ਚ ਅੱਜ ਅਸੀਂ ਇਸ ਕਰਕੇ ਇਕੱਠੇ ਹੋਏ ਹਾਂ
ਵੀ ਸਾਡਾ ਸੰਵਿਧਾਨ ਕਹਿੰਦਾ ਇੱਥੇ ਸਾਰੇ ਬਰਾਬਰ ਨੇ, ਇਹ ਸਾਡਾ ਸੰਵਿਧਾਨ ਹਿੰਦੂ ਮੁਸਲਿਮ ਦੀ ਆਗਿਆ ਨਹੀਂ ਦਿੰਦਾ, ਸਾਡਾ ਸੰਵਿਧਾਨ ਲੋਕਾਂ ਨੂੰ ਤੋੜਨ ਦੀ ਆਗਿਆ ਨਹੀਂ ਦਿੰਦਾ, ਇਹ ਲੋਕਾਂ ਨੂੰ ਜੋੜਨ ਦੀ ਆਗਿਆ ਦਿੰਦਾ। ਸੋਸ਼ਲਿਸਟਿਕ ਪੈਟਰਨ ਦੀ ਸਾਡੇ ਸੰਵਿਧਾਨ ਵਿੱਚ ਮੁੱਢਲੀ ਗੱਲ ਲਿਖੀ ਹੋਈ ਹੈ, ਜਿਹੜੀ ਇਹ ਸਰਕਾਰ ਨੇ ਬਿਲਕੁਲ ਹੀ ਅੱਖੋਂ ਪਰੋਖੇ ਕਰ ਦਿੱਤੀ। ਔਰ ਮੈਂ ਸਮਝਦਾ ਬਈ ਇਹ ਦੇਸ਼ ਲਈ ਘਾਤਕ ਹੈ, ਲੋਕਾਂ ਨੂੰ ਇੱਥੇ ਦੇ ਲੋਕਾਂ ਨੂੰ ਸੋਚਣਾ ਪਏਗਾ। ਜਿਹੜੀਆਂ ਤਾਕਤਾਂ ਲੋਕਾਂ ਦੇ ਮੁੱਦਿਆਂ 'ਤੇ ਗੱਲ ਨਹੀਂ ਕਰਦੀਆਂ, ਅੱਜ ਉਹ ਹਿੰਦੂ ਮੁਸਲਿਮ ਦੀ ਗੱਲ ਕਰਦੇ ਨੇ, ਗਰੀਬੀ ਦੀ ਗੱਲ ਨਹੀਂ ਕਰਦੇ, ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗੱਲ ਨਹੀਂ ਕਰਦੇ, ਕਿਸਾਨਾਂ ਦੇ ਮਜ਼ਦੂਰਾਂ ਦੇ ਕਰਜ਼ੇ ਦੀ ਗੱਲ ਨਹੀਂ ਕਰਦੇ, ਇੱਥੇ ਦੀ ਅਨਇੰਪਲੋਇਮੈਂਟ ਦੀ ਗੱਲ ਨਹੀਂ ਕਰਦੇ, ਇੱਥੇ ਦੀ ਮਹਿੰਗਾਈ ਦੀ ਗੱਲ ਨਹੀਂ ਕਰਦੇ। ਇਹਨਾਂ ਗੱਲਾਂ ਨੂੰ ਛੱਡ ਕੇ ਉਹ ਲੋਕ ਗੱਲਾਂ ਕਰ ਰਹੇ ਨੇ ਰਾਮ ਮੰਦਿਰ ਦੀਆਂ, ਉਹ ਗੱਲਾਂ ਕਰਦੇ ਨੇ ਬਾਬਰੀ ਮਸਜਿਦ ਦੀਆਂ, ਉਹ ਲੋਕ ਹਿੰਦੂ ਔਰ ਮੁਸਲਿਮ ਨੂੰ ਤੋੜਨ ਦੀ ਗੱਲ ਕਰਦੇ ਨੇ। ਇਹ ਦੇਸ਼ ਦੇ ਹਿੱਤ ਵਿੱਚ ਉੱਕਾ ਹੀ ਨਹੀਂ। ਅਸੀਂ SKM ਵੱਲੋਂ ਅੱਜ ਇਹ ਜਿਹੜੀ ਟਰੈਕਟਰ ਪੇਡ ਕਰ ਰਹੇ ਹਾਂ, ਇਹਦਾ ਮਕਸਦ ਅਸਲੀ ਜਿਹੜਾ ਗਣਤੰਤਰ ਹੈ ਉਹ ਸਾਬਤ ਕਰਨਾ ਹੈ। ਅਸਲੀ ਗਣਤੰਤਰ ਕਿਸਾਨਾਂ ਔਰ ਮਜ਼ਦੂਰਾਂ ਨਾਲ ਬਣਦਾ, ਅਸਲੀ ਗਣਤੰਤਰ ਇਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਅਹਿਦ ਲੈਣ ਨਾਲ ਬਣਦਾ। ਅੱਜ ਸਰਕਾਰਾਂ ਨੂੰ ਅਹਿਦ ਲੈਣਾ ਚਾਹੀਦਾ ਸੀ ਵੀ ਉਹ ਦੇਸ਼ ਵਿੱਚੋਂ ਜਿਹੜੇ 76 ਸਾਲ ਵਿੱਚ ਗਰੀਬੀ ਨਹੀਂ ਦੂਰ ਕਰ ਸਕੇ, ਆਪਣੀਆਂ ਨਲਾਇਕੀਆਂ ਨੂੰ ਉਹ ਮੰਨਦੇ ਔਰ ਇੱਥੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵੱਲ ਵੱਧਦੇ। ਅਸੀਂ ਇਹਦੇ 'ਤੇ ਅੱਜ ਸਾਰੇ ਦੇਸ਼ ਵਿੱਚ 500 ਜ਼ਿਲ੍ਹਿਆਂ ਵਿੱਚ ਅਤੇ ਪੰਜਾਬ ਵਿੱਚ ਘੱਟੋ ਘੱਟ 100 ਥਾਵਾਂ 'ਤੇ ਤਹਿਸੀਲਾਂ ਅਤੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਇਹ ਟਰੈਕਟਰ ਮਾਰਚ ਕਰ ਰਹੇ ਹਾਂ। ਅਸੀਂ ਸਾਰੇ ਇਹ ਵੀ ਸਾਬਤ ਕਰ ਰਹੇ ਹਾਂ ਵੀ ਕਿਸਾਨ ਇੱਕ ਮੁੱਠ ਹੈ, ਕਿਸਾਨ ਵਿੱਚ ਕੋਈ ਫਰਕ ਨਹੀਂ। ਕਿਸਾਨ ਨੂੰ ਗੁੰਮਰਾਹ ਵੀ ਕਰ ਰਹੇ ਨੇ ਕੁਛ ਲੋਕ, ਗੁੰਮਰਾਹ ਵੀ ਨਹੀਂ ਹੋਏਗਾ ਕਿਸਾਨ, ਅਤੇ ਇਹ ਜਿਹੜੀ ਲੜਾਈ ਹੈ ਇਕੱਠੇ ਹੋ ਕੇ ਲੜਾਂਗੇ। ਔਰ ਜੇ ਭਾਰਤ ਸਰਕਾਰ ਹਰ ਸਾਲ 2.5 ਤੋਂ 3 ਲੱਖ ਕਰੋੜ ਰੁਪਈਆ ਕਾਰਪੋਰੇਟ ਹਾਊਸਿਸ ਦਾ ਕਰਜ਼ਾ ਮਾਫ਼ ਕਰ ਸਕਦੀ ਹੈ ਤਾਂ ਇੱਥੇ ਕਿਸਾਨਾਂ ਔਰ ਮਜ਼ਦੂਰਾਂ ਦਾ ਕਿਉਂ ਨਹੀਂ? ਇਹ ਸਵਾਲ ਖੜ੍ਹਾ ਹੁੰਦਾ। ਅੱਜ ਅਸੀਂ ਇਹ ਸਵਾਲ ਖੜ੍ਹੇ ਕਰਕੇ ਸਰਕਾਰ ਦੇ ਖਿਲਾਫ਼ ਟਰੈਕਟਰ ਮਾਰਚ ਕਰ ਰਹੇ ਹਾਂ। ਸਰਕਾਰ ਨੂੰ ਦੀ ਮੈਂ ਸਮਝਦਾ ਇੱਕ ਤਰ੍ਹਾਂ ਦੀ ਉਹਨਾਂ ਦੇ ਮੂੰਹ 'ਤੇ ਚਪੇੜ ਹੈ ਵੀ ਲੋਕ ਉਹਨਾਂ ਦੇ ਨਾਲ ਹੈ ਨਹੀਂ, ਸਿਰਫ ਸਰਕਾਰੀ ਤੰਤਰ ਜਿਹੜਾ ਉਹ ਦਿਖਾਵਾ ਕਰਦਾ। ਅੱਜ ਦਾ ਜਿਹੜਾ ਮੰਤਵ ਹੈ, ਅਸਲੀ ਮੰਤਵ ਉਹ ਇਹੀ ਹੈ।